ਹੈਲੋ ਦੋਸਤੋ, ਮੈਂ ਤੁਹਾਡਾ ਸਭ ਦਾ ਸਾਡੇ ਇਸ ਚੈਨਲ ਜਨਰਲ ਨੌਲੇਜ ਵਿਲਾ ਉੱਪਰ ਸਵਾਗਤ ਕਰਦਾ ਹਾਂ। ਅੱਜ ਮੈਂ ਤੁਹਾਨੂੰ ਨੌਰਥ ਰੇਲਵੇ ਜਾਣੀ ਉੱਤਰ ਰੇਲਵੇ ਵਿੱਚ ਆਉਣ ਵਾਲੀਆਂ ਲੈਵਲ 1 ਦੀਆਂ ਪੋਸਟਾਂ ਬਾਰੇ ਦੱਸਾਂਗਾ। ਤਾਂ ਇਸ ਬਾਰੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਤੁਸੀਂ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਗਵਰਨਮੈਂਟ ਜੌਬਸ ਬਾਰੇ ਜਾਣਕਾਰੀ ਸਭ ਤੋਂ ਪਹਿਲਾਂ ਮਿਲ ਸਕੇ। ਤਾਂ ਦੋਸਤੋ, ਅੱਜ ਦੀ ਇਸ ਵੀਡੀਓ ਨੂੰ ਸਟਾਰਟ ਕਰਦੇ ਹਾਂ। ਦੋਸਤੋ, ਉੱਤਰ ਰੇਲਵੇ ਨੇ ਅੱਜ ਨਿਊਜ਼ਪੇਪਰ ਵਿੱਚ ਇੱਕ ਇਸ਼ਤਿਹਾਰ ਜਾਰੀ ਕੀਤਾ ਹੈ। ਇਹ ਇਸ਼ਤਿਹਾਰ ਕੈਟਰਿੰਗ ਯੂਨਿਟ ਵਿੱਚ ਲੈਵਲ 1 ਦੀਆਂ ਮਲਟੀਟਾਸਕਿੰਗ ਪੋਸਟਾਂ ਬਾਰੇ ਹੈ। ਇਹਨਾਂ ਨੇ ਦੱਸਿਆ ਹੈ ਕਿ ਇਹ 118 ਪੋਸਟਾਂ ਭਰੀਆਂ ਜਾਣਗੀਆਂ। ਇਸ ਭਰਤੀ ਵਾਸਤੇ ਔਨਲਾਈਨ ਫੋਰਮ ਭਰੇ ਜਾਣਗੇ। ਇਸ ਦੀ ਜੋ ਯੋਗਤਾ ਅਤੇ ਸ਼ਰਤਾਂ ਹਨ, ਜਿਵੇਂ ਉਮਰ ਹੱਦ ਕੀ ਹੋਵੇਗੀ, ਇਗਜ਼ਾਮ ਫੀਸ, ਐਜੂਕੇਸ਼ਨਲ ਕੁਆਲੀਫਿਕੇਸ਼ਨ ਅਤੇ ਹੋਰ ਸਾਰੀਆਂ ਕੰਡੀਸ਼ਨਸ, 14/9/2019 ਨੂੰ ਰੋਜ਼ਗਾਰ ਸਮਾਚਾਰ ਅਤੇ RRCNR ਦੀ ਵੈਬਸਾਈਟ 'ਤੇ ਪਾ ਦਿੱਤੀਆਂ ਜਾਣਗੀਆਂ। ਮਤਲਬ ਇਸ ਦਾ ਜੋ ਡਿਟੇਲਡ ਨੋਟੀਫਿਕੇਸ਼ਨ ਹੈ ਉਹ 14 ਸੈਪਟੈਂਬਰ ਨੂੰ ਜਾਰੀ ਹੋਵੇਗਾ। ਦੋਸਤੋ, ਜਦੋਂ ਵੀ ਇਹ ਨੋਟੀਫਿਕੇਸ਼ਨ ਆਵੇਗਾ ਤਾਂ ਅਸੀਂ ਇਸ ਬਾਰੇ ਤੁਹਾਨੂੰ ਜ਼ਰੂਰ ਇਨਫੋਰਮ ਕਰਾਂਗੇ। ਤਾਂ ਦੋਸਤੋ, ਇਹ ਸੀ ਨੌਰਥ ਰੇਲਵੇ 'ਚ ਆਉਣ ਵਾਲੀਆਂ ਲੈਵਲ 1 ਦੀਆਂ ਪੋਸਟਾਂ ਸੰਬੰਧੀ ਜਾਣਕਾਰੀ। ਜੇਕਰ ਤੁਸੀਂ ਚਾਹੁੰਦੇ ਹੋ ਕਿ ਹੋਰ ਵੀ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤਾਂ ਤੁਸੀਂ ਸਬਸਕ੍ਰਾਈਬ ਦਾ ਬਟਨ ਦਬਾ ਕੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ।